ਜਦੋਂ ਇੱਕ ਓਂਕਾਰ ਲਿਖਿਆ ਗਿਆ ਤੇ ਬਹੁਤ ਲੋਕਾਂ ਨੂੰ ਪ੍ਰੋਬਲਮ ਹੋਈ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਓਂਕਾਰ ਦੀ ਧੁਨੀ ਉਚਾਰਨ ਕੀਤੀ, ਚਾਰੇ ਪਾਸੇ ਇੱਕ ਓਂਕਾਰ ਦਾ ਬੋਲਬਾਲਾ ਹੋਇਆ। ਇੱਕ ਓਂਕਾਰ ਦੀ ਜਦੋਂ ਅਸੀਂ ਬੈਕਗ੍ਰਾਉਂਡ ਮੈਡੀ ਚੈੱਕ ਕਰਦੇ ਹਾਂ ਤੇ ਸਾਨੂੰ ਇੱਕ ਗੱਲ ਬੜੀ ਸੋਹਣੀ ਲੱਗਦੀ, ਹਿੰਦੁਸਤਾਨ ਦੀ ਧਰਤੀ ਉੱਤੇ ਤਿੰਨ ਦੇਵਤਿਆਂ ਦਾ ਬੜਾ ਨਾਮ ਹੈ, ਅੱਜ ਵੀ ਹੈ, ਪਹਿਲਾਂ ਵੀ ਸੀ। ਉਹਨਾਂ ਚੋਂ ਮੁੱਢਲਾ ਬ੍ਰਹਮਾ, ਦੂਸਰਾ ਵਿਸ਼ਨੂੰ ਤੇ ਤੀਸਰਾ ਸ਼ਿਵ, ਇਹਨਾਂ ਤਿੰਨਾਂ ਦਾ ਨਾਮ ਅੱਜ ਵੀ ਹੈ, ਪਹਿਲਾਂ ਵੀ ਸੀ। ਲੇਕਿਨ ਗੁਰਮਤ ਦੇ ਰਾਜ ਕਿਉਂਕਿ ਵੇਲ ਖਾ ਰਹੇ ਸੀ, ਇਹਨੂੰ ਗੱਲ ਕਰਨੀ ਪੈਣੀ, ਇੱਕ ਓਂਕਾਰ ਦੀ ਅਸੀਂ ਗੱਲ ਕਰ ਰਹੇ। ਉਹਨਾਂ ਤਿੰਨਾਂ ਦੇਵਤਿਆਂ ਦੀ ਆਰਾਧਨਾ ਦਾ ਇੱਕ ਸ਼ਬਦ ਬਣਾਇਆ ਗਿਆ, ਓਮ ਓਮ ਸ਼ਬਦ। ਓਮ ਦਾ ਮਤਲਬ ਹੁੰਦਾ ਹੈ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਦੀ ਆਰਾਧਨਾ, ਇਹਨਾਂ ਤਿੰਨਾਂ ਦੇਵੀ ਦੇਵਤਿਆਂ ਦੀ। ਉਹਦੇ ਤੋਂ ਬਾਅਦ ਅਰਾਂ ਕਰੋੜਾਂ ਦੀ ਤਾਦਾਦ ਵਿੱਚ ਇਹਨਾਂ ਵਿੱਚੋਂ ਹੀ ਨਿਕਲਦੇ ਨੇ, ਇਹਨਾਂ ਦੀਆਂ ਲੜੀਆਂ ਪਕੜ ਕੇ ਨਿਕਲਦੇ ਨੇ। ਕਿਉਂਕਿ ਅਸੀਂ ਕਿਸੇ ਨੂੰ ਤੇ ਮਾੜਾ ਨਹੀਂ ਕਹਿਣਾ ਚਾਹੁੰਦੇ, ਨਾ ਗਿਣੇ ਨਾ ਕਹਿਣਾ ਨਹੀਂ ਚਾਹੀਦਾ, ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਕੇਵਲ ਇੱਕ ਤੁਹਾਨੂੰ ਜਾਣਕਾਰੀ ਛੋਟੀ ਜੀ ਦੇਣ ਲੱਗੇ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਓਂਕਾਰ ਲਿਖਿਆ, ਉੱਥੇ ਜਿਹੜਾ ਓਮ ਦਾ ਪਾਠ ਸੀ ਉਹਨੂੰ ਪ੍ਰੋਬਲਮ ਖੜੀ ਹੋ ਗਈ। ਉਹ ਕਹਿੰਦਾ ਤੁਸੀਂ ਹੁਣੇ ਕੌਣ ਇੱਕ ਓਂਕਾਰ ਲਿਖਣ ਵਾਲੇ, ਕਿਉਂਕਿ ਓਮ ਪ੍ਰਮੁੱਖ ਹੈ, ਓਮ ਰਹੇਗਾ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਨਹੀਂ ਬਣੇਗਾ। ਆਸਾ ਦੀ ਬਾਤ ਸੁਣਦੇ ਹੋ, ਆਸਾ ਦੀ ਬਾਤ ਦੀ ਪਹਿਲੀ ਪੌੜੀ ਹੈ, ਆਪਣੀ ਦੇ ਆਪ ਸਾਜਿਓ, ਆਪਣੀ ਨਾਲ ਰਚਿਓ ਨਾ। ਹੁਣ ਕਿੱਥੇ ਇੱਕ ਓਂਕਾਰ ਦਾ ਅਰਥ ਹੈ ਸਪਸ਼ਟ, ਆਪੀ ਨੇ ਆਪ ਸਾਜਿਓ, ਆਪੀ ਨੇ ਅਕਾਲ ਪੁਰਖ ਨੇ ਆਪਣਾ ਆਪ ਖੁਦ ਪੈਦਾ ਕੀਤਾ। ਰੱਬ ਨੂੰ ਕੋਈ ਬਣਾ ਨਹੀਂ ਸਕਿਆ, ਕਿਸੇ ਨੇ ਉਹਨੂੰ ਜਨਮ ਨਹੀਂ ਦਿੱਤਾ। ਅੱਜ ਵੱਡੀ ਗੱਲ ਹੈ ਕਿ ਰੱਬ ਦੇ ਨਾਮ ਉੱਤੇ ਸਟੈਚੂ ਤਿਆਰ ਹੈ, ਮੂਰਤੀਆਂ ਤਿਆਰ ਹੈ, ਚਣੇ ਖਾਣੇ ਪ੍ਰਭੂ ਲੋਕ ਹੀ ਬਣਾ ਕੇ ਬੈਠਦੇ, ਇਹ ਜੀ ਸਾਡਾ ਪ੍ਰਭੂ ਹੈ, ਇਹ ਜੀ ਸਾਡਾ ਪਰਮਾਤਮਾ ਹੈ, ਇਹ ਜੀ ਸਾਡਾ ਭਗਵਾਨ ਹੈ। ਭਗਵਾਨ ਜੰਮਦਾ ਮਰਦਾ ਨਹੀਂ ਹੈ, ਭਗਵਾਨ ਉਹ ਵੱਡ ਸ਼ਕਤੀ ਹੈ ਜਿਹੜੀ ਪਹਿਲਾਂ ਵੀ ਸੀ, ਅੱਜ ਵੀ, ਆਉਣ ਵਾਲੇ ਟਾਈਮ ਵਿੱਚ ਵੀ ਹੋਣੀ ਹੈ, ਤੇ ਜਿਹੜੇ ਨਗਰੀ ਨੇ ਉਹ ਤਾਂ ਜੰਮਦੇ ਮਰਦੇ ਨਹੀਂ ਨੇ, ਉਹ ਅੱਜ ਹੈ ਕੱਲ ਪੁਰਾਣੇ ਨਹੀਂ ਰਹਿਣਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ, ਕਾਪਿਆ ਨਾ ਜਾਏ ਕਵਿਤਾ ਨਾ ਹੋਏ ਆਪੇ ਆਪ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਉਹਨੂੰ ਕੋਈ ਔਰਤ ਜਨਮ ਨਹੀਂ ਦੇ ਸਕਦੀ। ਸ਼ਬਦ ਵਰਤੇ ਆਪੀ ਨੇ ਆਪ ਸਾਜਿਓ, ਆਪਣਾ ਆਪ ਰੱਬ ਜੀ ਤੁਸੀਂ ਨਾਮ ਪੈਦਾ ਕੀਤਾ, ਆਪੀ ਨੇ ਰਚਿਓ ਨਾਉ, ਤੁਸੀਂ ਆਪਣਾ ਨਾਮ ਹੀ ਖੁਦ ਬਣਾਇਆ। ਜਦੋਂ ਸਾਡੇ ਘਰ ਕੋਈ ਬੱਚਾ ਜੰਮਦਾ ਤੇ ਅਸੀਂ ਨਾਮ ਰੱਖਦੇ ਹਾਂ, ਰੱਬ ਦਾ ਨਾਮ ਰੱਬ ਨੇ ਬਣਾਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਦੂਜੇ ਨੰਬਰ ਤੇ ਪਰਮਾਤਮਾ ਨੇ ਕੁਦਰਤ ਬਣਾਈ, ਕੁਦਰਤ ਸਾਜੀ ਨਦੀਆਂ ਨਾਲੇ ਵੀ ਹੈ। ਤੁਸੀਂ ਜਿੱਥੇ ਵੀ ਵੇਖੋਗੇ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਮਿਲ ਸਕਦਾ ਹਰ ਇੱਕ ਜਗ੍ਹਾ ਤੇ, ਉਹਨੂੰ ਪਾਉਣ ਦਾ ਕੋਈ ਹੋਰ ਹੀ ਵਸੀਲਾ ਨਹੀਂ। ਆ ਥੋੜੇ ਦਿਨ ਪਹਿਲਾਂ ਇੱਕ ਹਸਪੀਟਲ ਚ ਬੈਠੇ ਬੈਠੇ ਇੱਕ ਬਜ਼ੁਰਗ ਮਾਤਾ ਬੇਟੀ ਸੀ, ਉਹਨੇ ਅੰਮ੍ਰਿਤ ਛਕਿਆ ਸੀ, ਬੜੀ ਸੋਹਣੀ ਨੇ ਕੇਸਕੀ ਸਜਾਈ ਰਹੀ ਤੇ ਗੱਲਾਂ ਕਰਦਾ ਕਰਦੇ ਆ, ਮੈਂ ਕਹਿੰਦੇ ਮੈਂ ਤਾਂ ਜ਼ਿਆਦਾ ਫੌਰ ਰਹਿੰਦਾ ਤੇ ਮੈਂ ਕਥਾ ਵਾਚਦਾ। ਉਹ ਕਹਿੰਦੇ ਤੁਹਾਨੂੰ ਮੇਰਾ ਕਦੇ ਦੇਖਿਆ ਨੀ ਤੁਸੀਂ ਸਾਡੇ ਇਲਾਕੇ ਵਿੱਚ, ਜਿਹੜੇ ਨੇ ਗੱਲਾਂ ਕਰਦਾ ਕਰਦੇ ਉਹਨੇ ਸਵਾਲ ਕੀਤਾ ਜੀ ਰੱਬ ਨੂੰ ਕਿੱਦਾਂ ਪਾਈਏ, ਤੇ ਮੇਰਾ ਇੱਕ ਜਵਾਬ ਹੁੰਦਾ ਜਦੋਂ ਵੀ ਕੋਈ ਕਵੇ ਰੱਬ ਨੂੰ ਕਿੱਦਾਂ ਪਾਈਏ, ਤੇ ਮੈਂ ਉਹਨੂੰ ਜਵਾਬ ਦਿੱਤਾ ਮੇਰੀ ਮਾਂ ਪਾਇਆ ਤਾਂ ਉਹਨੂੰ ਜਾਂਦਾ ਜਿਹੜਾ ਗਵਾਚ ਗਿਆ ਹੋਵੇ, ਜਿਹੜਾ ਗਵਾਚੇ ਨੀ ਉਹਨੂੰ ਤੁਸੀਂ ਕਿੱਦਾਂ ਪਾਓਗੇ। ਰੱਬ ਦਾ ਕਿਸੇ ਪਾਸੇ ਗਿਆ ਨੀ, ਰੱਬ ਦਾ ਗਵਾਚਿਆ ਨੀ, ਜਿਹੜਾ ਗਵਾਚਿਆ ਉਹਨੂੰ ਲੱਭਿਆ ਜਾਂਦਾ ਤੇ ਪਾਇਆ ਉਹਨੂੰ ਜਾਂਦਾ ਜਿਹੜਾ ਕਿਤੇ ਚਲਾ ਗਿਆ। ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਮਹਾਰਾਜ ਜੀ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਤੇ ਕੁਦਰਤ ਕੇ ਸਭ ਬੰਦੇ ਕੁਦਰਤ ਸ਼ਬਦ ਵਰਤਿਆ ਨਾ, ਤੇ ਇੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ ਦੋਈ ਕੁਦਰਤ ਸਾਜਿਆ ਕਰ ਆਸਨ ਰੱਖੋ ਚਾਓ। ਹੁਣ ਕੁਦਰਤ ਕੇ ਬੰਦੇ ਤੇ ਦੋਈ ਕੁਦਰਤ ਸਾਜਿਆ ਕਰ ਆਸਨ ਰੱਖੋ ਚਾਓ, ਨੂੰ ਇਕੱਠਾ ਕਰ ਲਓ। ਕੁਦਰਤ ਵਿੱਚ ਰੱਬ ਬੈਠਾ ਹੈ ਤੇ ਕੁਦਰਤ ਨੇ ਬੰਦੇ ਬਣਾਏ ਨੇ, ਰੱਬ ਕਿਤੇ ਚਲ ਗਿਆ।
ਬੰਦਿਆਂ ਦੇ ਅੰਦਰ, ਲੇਕਿਨ ਉਹਨੂੰ ਬਸ ਦੇਖਣਾ ਹੈ ਅੱਖ ਪੱਟ ਕੇ। ਨਾਨਕ ਸਿਆਖਣੀਆਂ ਬਿਆਨ ਜਿਵੇਂ ਦੱਸਣ ਦੋ ਮਾਪੀ, ਉਹ ਅੱਖਾਂ ਕੁਝ ਹੋਰ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਉਹਨੂੰ ਵੇਖਿਆ ਜਾਂਦਾ ਹੈ। ਉਹ ਬੀਬੀ ਨੇ ਮੈਨੂੰ ਪਤਾ ਕੀ ਜਵਾਬ ਦਾ, ਤੁਹਾਨੂੰ ਤੇ ਤੱਕ ਹੁੰਦਾ ਹੀ, ਤੁਹਾਨੂੰ ਤੇ ਪਤਾ ਨਹੀਂ ਰਾਹ ਕਿਹੜਾ ਰੱਬ ਨੂੰ ਪਾਉਂਦਾ। ਤੇ ਫਿਰ ਮੈਂ ਉਹ ਬੀਬੀ ਨੂੰ ਕਿਹਾ ਸੀ ਕਿ ਮੈਂ ਤੇ ਰਾਹ ਵੇਖਣਾ ਵੀ ਚਾਹੁੰਦਾ, ਕਿਉਂਕਿ ਅਸੀਂ ਤੁਹਾਨੂੰ ਪਾਏ, ਅਸੀਂ ਰੱਬ ਵਿੱਚ ਜੀਉ ਰਹੇ ਹਾਂ, ਰੱਬ ਸਾਡੇ ਵਿੱਚ ਸਾਹ ਲੈ ਰਿਹਾ ਹੈ, ਉਹ ਸਾਡੇ ਖੂਨ ਦੀ ਇੱਕ ਇੱਕ ਬੂੰਦ ਵਿੱਚ, ਸਾਡੇ ਸਾਹ ਵਿੱਚ ਹੈ, ਸਾਡੇ ਬੋਲਾਂ ਵਿੱਚ ਹੈ, ਸਾਡੇ ਲੂਹ ਨੂਹ ਦੇ ਵਿੱਚ ਹੈ। ਇਹਨੂੰ ਕਿੱਥੋਂ ਪਾਓਗੇ ਜਾ ਕੇ, ਕਿਤੇ ਨਹੀਂ ਗਿਆ ਹੋਇਆ। ਤੇ ਰੱਬ ਨੂੰ ਪਾਉਂਦੇ ਨਾ ਉਹਦੇ ਬੜੇ ਢੌਂਗ ਨੇ, ਲੇਕਿਨ ਗੁਰਬਾਣੀ ਵਿੱਚ ਕੋਈ ਨਹੀਂ ਸੱਚ ਸਮਝਾਇਆ ਗਿਆ ਤੁਹਾਡੇ ਅੰਦਰ ਹੈ। ਕਦੇ ਬਾਹਰ ਭਾਗੇ ਤਵੀਤ ਕਰਾ ਕਰਾ ਕੇ ਕੁਛਾਂ ਲੈ ਲੈ ਕੇ ਪੰਡਤਾਂ ਦੀਆਂ ਸਿਆਣਿਆਂ ਦੀਆਂ ਆਪਣੇ ਸਿਰ ਤੇ ਸਵਾਹ ਨਾ ਪਾਇਓ ਤੇ ਦੂਜਿਆਂ ਨੇ ਨਾ ਪਾਇਓ, ਕੱਖ ਨਹੀਂ ਮਿਲਣਾ, ਤੁਹਾਡੇ ਅੰਦਰ ਬੈਠਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨਾਲ ਰਚਿਓ ਨਾਓ, ਕੋਈ ਕੁਦਰਤ ਸਾਜਿਆ ਕਰ ਆਸਣ ਮਿੱਠੋ ਜਾਓ। ਬਾਪੂ ਕਹਿੰਦੇ ਨੇ ਦਾਤਾ ਕਰਤਾ ਆਪ ਨੂੰ ਥੋੜਾ ਜਿਹਾ ਸਮਝਿਓ, ਦਾਤਾ ਦਾਤਾ ਦੇਣ ਵਾਲਾ ਵਾਹਿਗੁਰੂ ਤੂੰ ਹੈ, ਤੇ ਉੱਧਰ ਬ੍ਰਾਹਮਣ ਦੇਵਤਾ ਜੀ ਕਹਿੰਦੇ ਸੀ ਦਾਤਾ ਦੇਣ ਵਾਲਾ ਵਿਸ਼ਨੂੰ ਹੈ। ਤੁਸੀਂ ਹਿਸਟਰੀ ਪੜ੍ਹ ਲਓ, ਤੁਹਾਨੂੰ ਕੇਵਲ ਇਤਿਹਾਸ ਦੱਸ ਰਿਹਾ। ਇੱਥੇ ਗੁਰਬਾਣੀ ਕੀ ਦੀ ਦਾਤਾ ਦੱਤਾ ਦਾਤਾ ਇੱਕ ਹੈ, ਇੱਕੋ ਹੀ ਹੈ ਤੂੰ, ਬਸ ਇੱਕ ਓਂਕਾਰ। ਦਾਤਾ ਤੂੰ ਦਾਤਾ ਦੇਣ ਵਾਲਾ ਹੈ, ਕੋਈ ਦੇਵਤਾ ਨਹੀਂ। ਕਰਤਾ ਤੇ ਤੂੰ ਹੀ ਪੈਦਾ ਕਰਨ ਵਾਲਾ ਹੈ, ਤੇਰੇ ਤੋਂ ਇਲਾਵਾ ਕਿਸੇ ਨੇ ਨਹੀਂ ਪੈਦਾ ਕੀਤਾ। ਤੇ ਉਹਦੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਵਿਰੋਧੀ ਬਣ ਕੇ ਬੈਠਾ ਸੀ ਬ੍ਰਾਹਮਣ ਦੇਵਤਾ, ਉਹ ਕਹਿੰਦਾ ਸੀ ਨਹੀਂ ਕਰਤਾ ਰੱਬ ਨਹੀਂ, ਕਰਤਾ ਬ੍ਰਹਮਾ ਹੈ। ਮਤਭੇਦ ਸ਼ੁਰੂ ਹੋ ਗਿਆ ਨਾ, ਉਹ ਮਤਭੇਦ ਬਹੁਤ ਲੰਮਾ ਜੋੜਾ ਗਿਆ। ਉਸ ਮਤਭੇਦ ਦੀ ਵਜ੍ਹਾ ਕਰਕੇ ਉਹ ਭੂਮਿਕਾ ਖਿਲਾਫ ਹੋਈਆਂ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਹਿਣਾ ਪਿਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ, ਗੁਰੂ ਗਲੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਸਰਬੰਸ ਉਠਾਇਆ, ਤੇ ਅੱਜ ਵੀ ਸ਼ਹਾਦਤਾਂ ਹੋਈਆਂ ਨੇ, ਪਹਿਲਾਂ ਵੀ ਹੁੰਦੀਆਂ ਸਨ। ਯਾਦ ਰੱਖੋ, ਸਿਧਾਂਤਾਂ ਦੀ ਲੜਾਈ ਹੈ ਕੇਵਲ। ਦਾਤਾ ਤੂੰ ਹੈ, ਕਰਤਾ ਤੂੰ ਹੈ, ਦਾਤਾ ਕਰਤਾ ਆਪ ਤੂੰ, ਉਸ ਦੇਵੇ ਕਰੇ ਪਸਾਓ। ਅਗਲੇ ਸ਼ਬਦ ਹੈ ਤੂੰ ਜਾਨੋਈ ਸਭ ਸੈ ਦੇ ਲੈਸੇ ਜਿੰਦ ਕਵਾਓ, ਤੂੰ ਹੀ ਜੰਗ ਦੇਣਾ ਹੈ, ਤੂੰ ਹੀ ਮਾਰਨਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬ੍ਰਾਹਮਣ ਕਹਿੰਦਾ ਸੀ ਸ਼ਿਵ ਜੀ ਜਦੋਂ ਮਿਲਦਾ ਤੇ ਸ਼ਿਵ ਜੀ ਮਾਰਦਾ, ਟਕਰਾ ਹੋਵੇ। ਲੇਕਿਨ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਟਕਰਾਓ ਵਿੱਚ ਨਹੀਂ ਆਉਣਾ ਚਾਹੁੰਦਾ, ਮੈਂ ਸੱਚ ਕਹਾਂਗਾ, ਮੇਰਾ ਇੱਕ ਹੀ ਮੁੱਦਾ ਇੱਕ ਓਂਕਾਰ। ਤੂੰ ਲੱਖ ਵਾਰੀ ਭਾਵੇਂ ਦੂਜਾ ਪ੍ਰਚਾਰ ਕਰਦਾ ਰਹਿ, ਮੈਨੂੰ ਉਹ ਚੀਜ਼ ਨਾਲ ਮਤਲਬ ਨਹੀਂ। ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਦੇ ਕੋਲ ਇੱਕ ਓਂਕਾਰ ਰੂਪ ਦੇ ਵਿੱਚ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਹੈ।